ਇੱਕ ਤੇਜ਼ ਰਫ਼ਤਾਰ ਸਕਾਰਪੀਓ ਨੇ ਕਈਆਂ ਨੂੰ ਦਰੜ ਦਿੱਤਾ, ਵਾਹਨਾਂ ਨੂੰ ਵੀ ਕੁਚਲ ਦਿੱਤਾ, ਫਿਰ ਇੱਕ ਡਾਇਰੀ ਦੇ ਵਿੱਚ ਜਾ ਕੇ ਵੱਜੀ, ਵੱਡੇ ਪੱਧਰ ਤੇ ਨੁਕਸਾਨ ਕੀਤਾ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ, ਪਰ ਇੱਕ ਬਜ਼ੁਰਗ ਤੇ ਇੱਕ ਬੱਚੀ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੰਬੋਹਰ ਦੇ ਵਿੱਚ ਇਹ ਬੇਲਗਾਮ ਸਕਾਰਪੀਓ ਦਾ ਕਹਿਰ ਨਜ਼ਰ ਆਇਆ। ਜ਼ਖਮੀਆਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੋਕਾਂ ਦੇ ਵੱਲੋਂ ਕਾਰ ਸਵਾਰਾਂ ਤੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਇਲਜ਼ਾਮ ਲਗਾਏ ਗਏ ਨੇ। ਇਸ ਘਟਨਾ ਤੋਂ ਬਾਅਦ ਸਕਾਰਪੀਓ ਸਵਾਰ ਮੌਕੇ ਤੋਂ ਫਰਾਰ ਹੋ ਗਏ। ਦੋ ਪਹੀਆ ਵਾਹਨਾਂ ਨੂੰ ਇਹਨਾਂ ਦੇ ਵੱਲੋਂ ਦਰੜਿਆ ਗਿਆ, ਫਿਰ ਬੇਕਾਬੂ ਹੋ ਕੇ ਸਕਾਰਪੀਓ ਡਾਇਰੀ ਦੇ ਵਿੱਚ ਵੜ ਗਈ, ਜਿਸ ਤੋਂ ਬਾਅਦ ਡਾਇਰੀ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ। ਮੌਕੇ ਤੋਂ ਦੋਵੇਂ ਜਾਣੇ ਫਰਾਰ ਹੋਏ ਨੇ। 70 ਸਾਲ ਦੀ ਬਜ਼ੁਰਗ ਅਤੇ 13 ਸਾਲ ਦੀ ਬੱਚੀ ਜ਼ਖਮੀ ਹੋਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਲੋਕਾਂ ਦੇ ਵੱਲੋਂ ਸਕਾਰਪੀਓ ਸਵਾਰ ਨੌਜਵਾਨਾਂ ਤੇ ਦਾਰੂ ਪੀ ਕੇ ਕਾਰ ਚਲਾਉਣ ਦੇ ਇਲਜ਼ਾਮ ਲੱਗੇ ਨੇ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦਾਰੂ ਜਾਂ ਹੋਰ ਨਸ਼ਾ ਕੀਤਾ ਹੋਇਆ ਉਹ ਸਾਈਡ ਤੋਂ ਆ ਗਿਆ ਸਿੱਧੀ ਦੁਕਾਨ ਦੇ ਅੰਦਰ ਵਿੱਚ ਮਾਰੀ। ਇੱਕ ਬੱਚਾ ਸੀ ਛੋਟਾ ਜਿਹਾ, ਇੱਕ ਲੇਡੀ ਸੀ, ਉਹ ਬਚ ਗਈ। ਦੋਨੇ ਥੋੜ੍ਹੀ ਲੇਡੀ ਆ ਬੈਠੀ ਸੀ, ਇਹ ਫੱਟੜ ਹੋਏ ਆ। ਦੋਵਾਂ ਨੇ ਨਸ਼ਾ ਕੀਤਾ ਹੋਇਆ ਧਰਮਸ਼ਾਲਾ ਰੁਕੇ ਹੋਏ ਸੀ। ਇਹ ਬਾਹਰ ਦੇ ਬੰਦੇ ਨਸ਼ਾ ਕੀਤਾ ਹੋਇਆ ਧਰਮਸ਼ਾਲਾ ਠਹਿਰੇ ਹੋਏ ਸੀ, ਇੱਕਦਮ ਆਏ ਨਾ, ਦਾਰੂ ਪੀਤੀ, ਨਸ਼ਾ ਕੀਤਾ, ਇੱਕਦਮ ਇੱਧਰ ਦੁਕਾਨ ਦੇ ਉਹ ਉੱਥੋਂ ਯਾਰ।